ਦੇਖ ਲਓ ਦਰਬਾਰ ਸਾਹਿਬ ਕਰਤਾਰਪੁਰ ਜਿਹੜੇ ਲੋਕ ਕਹਿੰਦੇ ਆ ਕਿ ਵੀ ਲੋਕ ਨਹੀਂ ਆ ਰਹੇ, ਆਹ ਦੇਖੋ ਤੁਸੀਂ ਲੋਕਾਂ ਦਾ ਹਾਲ ਦੇਖੋ। ਅੱਜ ਦਾ ਜਿਹੜੇ ਸੀ ਮੁਸਲਿਮ ਜਿਹੜੇ ਵੀਰ ਹੈ ਉਹ 10,000 ਅੱਜ ਇੰਟਰੀ ਹੋਈ ਹੈ ਜੀ, ਕੰਪਿਊਟਰ ਨੇ ਦੱਸਿਆ ਵਾ। ਆਹ ਦੇਖੋ ਤੁਸੀਂ, ਆਹ ਲੋਕ ਆਪਣੀਆਂ ਗੱਡੀਆਂ ਦੀ ਵੇਟ 'ਚ ਖਲੋਤੇ ਹੋਏ ਆ, ਆਹ ਦਰਸ਼ਨ ਕਰਨ ਆਇਆ ਜੀ ਮੁਸਲਿਮ ਵੀਰ। ਠੀਕ ਹੈ ਜੀ, ਆਹ ਦੇਖੋ ਲੋਕਾਂ ਦਾ ਰਸ਼। ਗੱਡੀ ਪਾਰਕਿੰਗ 'ਚ ਅਸੀਂ ਅੱਧਾ ਘੰਟਾ ਹੋ ਗਏ ਹਾਂ ਅਤੇ ਸਾਡੀ ਗੱਡੀ ਹੁਣ ਸਾਨੂੰ ਪਤਾ ਨਹੀਂ ਆ ਹਲੇ ਤੱਕ ਗੱਡੀ ਕਿੱਥੇ ਪਹੁੰਚੀ ਆ ਕਿੱਥੇ ਨਹੀਂ ਪਹੁੰਚੀ। ਲਓ ਜੀ ਤੁਹਾਨੂੰ ਅਸੀਂ ਨਜ਼ਾਰਾ ਕਰਾਉਂਦੇ ਹਾਂ, ਦੇਖਿਓ ਜ਼ਰਾ। ਆਹ ਦੇਖੋ, ਆਹ ਦੇਖਿਓ ਜੀ, ਹੁਣ ਤੁਹਾਨੂੰ ਲੱਗੇ ਹਾਂ ਨਜ਼ਾਰਾ ਕਰਾਉਣ ਅਸੀਂ। ਪੀਵਾਂਗੇ ਜੀ ਹੁਣ ਲੱਸੀ ਪੀਣੀ ਹੈ, ਹੋਰ ਕੀ ਪੀਣਾ, ਸਭ ਤੋਂ ਕੁਛ ਹੈ ਹੀ ਨਹੀਂ। ਪਾਣੀ ਥੱਲੇ ਲਾ ਲੈਣਾ ਵਿੱਚੋਂ। ਕੀ ਬੀਬੀ ਕਰਨੀ ਹੈ ਭਾਈ ਤੂੰ? ਉਹੀ ਨਾ, ਆਹ ਦੇਖੋ ਜੀ ਹੁਣ ਤੁਸੀਂ ਲੋਕ ਕਿੱਦਾਂ, ਮਤਲਬ ਕਿ ਪੂਰਾ ਦਿਨ ਲੋਕਾਂ ਨੇ ਗੁਜ਼ਾਰਿਆ ਵਾ ਇੱਥੇ, ਔਰ ਸਾਰੇ ਲੋਕ ਸਿਰਫ ਦਰਸ਼ਨ ਕਰਨ ਆਏ ਸੀਗੇ ਜੀ ਇੱਥੇ। ਇੱਦਾਂ ਕੋਈ ਈਦ ਨਹੀਂ, ਕੋਈ ਮੇਲਾ ਨਹੀਂ ਹੈਗਾ, ਇਹ ਸੰਡੇ ਦਾ ਦਿਨ ਹੈ ਔਰ ਸੰਗਤਾਂ ਜਿਹੜੀਆਂ ਨੇ ਮੁਸਲਿਮ ਉਹ ਆਏ ਨੇ ਲੋਕ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਵਾਸਤੇ। ਦੇਖੋ ਜ਼ਰਾ ਤੁਸੀਂ ਗਿਣਤੀ ਦੇਖੋ, ਅਸੀਂ ਤੁਹਾਨੂੰ ਕਿੱਥੋਂ ਲੱਗੇ ਹਾਂ, ਉਹ ਦੇਖੋ ਤੁਸੀਂ ਗੱਡੀਆਂ ਕਿੱਥੋਂ ਸ਼ੁਰੂ ਹੋਈਆਂ ਨੇ ਔਰ ਹਲੇ ਤੱਕ ਗੱਡੀਆਂ ਜਿਹੜੀਆਂ ਨੇ ਚੱਲਦੀਆਂ ਨੇ। ਠੀਕ ਹੈ ਜੀ, ਕਿੰਨੀ ਗਾਹੜ ਹੈ, ਕਿੰਨਾ ਰਸ਼ ਹੈ, ਕੋਈ ਹਾਲ ਨਹੀਂ ਹੈ। ਦਰਬਾਰ ਸਾਹਿਬ ਕਰਤਾਰਪੁਰ ਰਸ਼ ਦੇਖੋ ਤੁਸੀਂ ਕਿੰਨਾ।